ਅੰਮ੍ਰਿਤਸਰ ਵਿੱਚ ਵੀਰਵਾਰ ਦੇਰ ਰਾਤ ਕੁਝ ਧਮਾਕੇ ਅਤੇ ਹਵਾਈ ਜਹਾਜ਼ਾਂ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਇਹਨਾਂ ਦੀ ਆਵਾਜ਼ ਨਾਲ ਪੂਰਾ ਸ਼ਹਿਰ ਨੀਂਦ ਤੋਂ ਜਾਗ ਗਿਆ। ਪਰ ਧਮਾਕਿਆਂ ਦੇ ਕਾਰਨ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਇਸ ਤੋਂ ਬਾਅਦ ਲੋਕਾਂ ਨੇ ਮੀਡੀਆ ਤੇ ਇੱਕ ਦੂਸਰੇ ਨੂੰ ਫੋਨ ਕਰਕੇ ਧਮਾਕਿਆਂ ਬਾਰੇ ਪਤਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਤਰ੍ਹਾਂ ਤਰ੍ਹਾਂ ਦੀ ਅਫਵਾਹਾਂ ਵੀ ਫੈਲਣੀਆਂ ਸ਼ੁਰੂ ਹੋ ਗਈਆਂ। ਇਹਨਾਂ ਧਮਾਕਿਆਂ ਦੀ ਆਵਾਜ਼ ਵੱਲੋਂ ਜਦੋਂ ਜੀਵੇ ਪੰਜਾਬ ਦੀ ਟੀਮ ਵੱਲੋਂ ਕਰੀਬ 3 ਵਜੇ ਇਸ ਬਾਰੇ ADCP ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਧਮਾਕਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਧਮਾਕਿਆਂ ਦੀ ਆਵਾਜ਼ ਤਾਂ ਜ਼ਰੂਰ ਆਈ ਹੈ, ਲੇਕਿਨ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਧਮਾਕਿਆਂ ਦੀ ਆਵਾਜ਼ ਦੇਰ ਰਾਤ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਦਹਿਸ਼ਤ ਵਿੱਚ ਵੀ ਹਨ। ਅੱਜ ਰਾਤ ਕੋ ਅਭੀ ਬਲਾਸਟ ਕੀ ਦੋ ਆਵਾਜ਼ ਸੁਣਾਈ ਦੀ ਥੀ, ਐਸੀ ਸਾਰੇ ਤਾਂ ਸਭ ਤਰਫ ਹਮਨੇ ਚੈੱਕ ਕਰ ਲਿਆ, ਐਸਾ ਕੋਈ ਵੀ ਬਲਾਸਟ ਕਾ ਕੋਈ ਇਨਫੋਰਮੇਸ਼ਨ ਨਹੀਂ ਹੈ, ਸਭ ਤਰ੍ਹਾਂ ਸਭ ਠੀਕ ਹੈ, ਕਿਸੀ ਪ੍ਰਕਾਰ ਕੋ ਕੋਈ ਪੈਨਿਕ ਹੋਣੇ ਕੀ ਜ਼ਰੂਰਤ ਨਹੀਂ ਹੈ। ਮੇਰੇ ਅੰਮ੍ਰਿਤਸਰ ਵਾਸੀਓ ਕੋ ਸਭ ਕੋ ਇਹ ਅਪੀਲ ਹੈ ਕਿ ਸਭ ਤਰਫ ਸਭ ਠੀਕ ਹੈ। ਅਬ ਤੱਕ ਜਿਤਨੀ ਵੀ ਇਨਫੋਰਮੇਸ਼ਨ ਜਹਾਂ ਸੇ ਵੀ ਹਮਨੇ ਲੀ ਹੈ, ਸਭ ਤਰਫ ਸੇ ਹਮਕੋ ਇਹ ਪਤਾ ਚਲਾ ਹੈ ਕਿ ਕਹੀਂ ਵੀ ਕੋਈ ਐਸੀ ਕੋਈ ਵੀ ਗਲਤ ਕੋਈ ਐਸਾ ਕੋਈ ਬਲਾਸਟ ਵਾਲੀ ਚੀਜ਼ ਨਹੀਂ ਹੋਈ। तो सर ये पैनिक किस बात का, लोग डरे हुए हैं, दहशत है? ये तो चीज़ को हम चेक कर रहे हैं कि ये आवाज़ हो सकता है कि जो सुपरसोनिक जेट होते हैं उनकी बूम की आवाज़ हो सकती है, लेकिन अभी इसको चेक कर रहे हैं। अभी प्रीलिमिनरी जो इन्फॉर्मेशन है ऐसी कोई किसी चीज़ की हमें कोई ब्लास्ट की इन्फॉर्मेशन नहीं आई। ठीक, अमृतसर तो ब्यूरो रिपोर्ट, जीवी पंजाब TV।